ਪਟਿਆਲਾ ਜ਼ਿਲ੍ਹਾ ਦੇ ਨਾਭਾ ਰੋਡ ਸਥਿਤ ਪਿੰਡ ਬਰਸੜ ਵਿਖੇ ਬੀਤੀ ਕੱਲ੍ਹ ਇੱਕ ਵੱਡੀ ਘਟਨਾ ਵਾਪਰੀ ਹੈ, ਜਿੱਥੇ ਕਿ 11 ਸਾਲਾਂ ਦੇ ਮਾਸੂਮ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਖਾ ਲਿਆ, ਜੋ ਕਿ 5ਵੀਂ ਜਮਾਤ ਵਿੱਚ ਪੜ੍ਹਦਾ ਸੀ, ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਤਰਨਵੀਰ ਸਿੰਘ, ਜੋ ਕਿ 3 ਭੈਣਾਂ ਦਾ ਇਕਲੌਤਾ ਭਰਾ ਸੀ, ਤੇ ਖੇਤਾਂ ਦੇ ਵਿੱਚ ਪਤੰਗ ਲੁੱਟਣ ਦੇ ਲਈ ਗਿਆ ਸੀ, ਜਿੱਥੇ 20 ਤੋਂ 25 ਅਵਾਰਾ ਕੁੱਤੇ ਉਸ ਉੱਪਰ ਹਮਲਾ ਕਰਦੇ ਹਨ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦੇ ਨੇ। ਜਦੋਂ ਤਰਨਵੀਰ ਦੇ ਨਾਲ ਖੇਡ ਰਹੇ ਬੱਚਿਆਂ ਨੇ ਲੋਕਾਂ ਦੱਸਿਆ ਤਾਂ ਲੋਕ ਖੇਤ ਦੇ ਵਿੱਚ ਪਹੁੰਚਦੇ ਨੇ ਤੇ ਉਹ ਕੁੱਤਿਆਂ ਤੋਂ ਤਰਨਵੀਰ ਨੂੰ ਬਚਾਉਂਦੇ ਹਨ ਤੇ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪੀਟਲ ਲੈ ਕੇ ਗਏ, ਜਿੱਥੇ ਕਿ ਤਰਨਵੀਰ ਦੀ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ। ਉੱਥੇ ਤਰਨਵੀਰ ਸਿੰਘ, ਜੋ ਕਿ 5ਵੀਂ ਕਲਾਸ ਵਿੱਚ ਪੜ੍ਹਦਾ ਸੀ, 3 ਭੈਣਾਂ ਦਾ ਇਕਲੌਤਾ ਭਰਾ ਸੀ ਤਰਨਵੀਰ ਸਿੰਘ। ਉੱਥੇ ਮ੍ਰਿਤਕ ਤਰਨਵੀਰ ਦੀ ਦੇਹ ਦੇ ਮੂਹਰੇ ਬੈਠ ਕੇ ਰੋ ਰਹੀਆਂ ਨੇ ਮਾਂ ਤੇ ਭੈਣਾਂ, ਜੋ ਕਿ ਦੇਖੀਆਂ ਨਹੀਂ ਜਾਂਦੀਆਂ। ਇਹ ਪਿੰਡ 'ਚ ਕਾਫੀ ਅਵਾਰਾ ਕੁੱਤੇ ਨੇ ਜੀ, ਤੇ ਬੇਟਾ ਸੀਗਾ ਜੀ, ਇਹ 3 ਭੈਣਾਂ ਦਾ ਇਕਲੌਤਾ ਭਰਾ ਸੀਗਾ ਜੀ, ਤੇ ਪਤੰਗ ਉੱਡਦੇ ਸੀਗੇ ਜੀ, ਇਹਨਾਂ ਨੂੰ ਇਕੱਠਾ ਕਰਦੇ ਸੀਗੇ ਖੇਤਾਂ 'ਚ ਆਪਣੇ ਨਜ਼ਦੀਕ, ਤੇ ਜੀ ਇਹਨਾਂ ਨੂੰ ਕੁੱਤੇ ਨੇ ਹਮਲਾ ਕਰਤਾ ਪਿੰਡ 'ਚ 12 ਕੁੱਤਿਆਂ ਨੇ ਜੀ, ਤੇ ਜਦੋਂ ਪਿੰਡ ਵਾਸੀ ਇਕੱਠੇ ਹੋਏ ਤੇ ਉਦੋਂ ਵਿਚਾਰੇ ਨੂੰ ਨੋਚ ਨੋਚ ਕੇ ਖਾ ਗਏ ਸੀਗੇ। ਸਰ ਤੁਸੀਂ ਪਤਾ ਕੀਤਾ ਵੀ ਕਹਿੰਦੇ ਇਲਾਜ ਵੀ ਨਹੀਂ ਹੋਇਆ ਬੱਚੇ ਦਾ ਤੇ ਪਰਿਵਾਰ ਗਰੀਬ ਹੈ, ਕੋਈ ਮਦਦ ਦੀ ਅਪੀਲ ਕਰੋਗੇ ਸਰਕਾਰ ਨੂੰ? ਨਹੀਂ, ਸਰਕਾਰ ਨੂੰ ਬਿਲਕੁਲ ਕਰਾਂਗੇ ਜੀ, ਤੇ ਜਦੋਂ ਰਜਿੰਦਰਾ ਹਸਪੀਟਲ ਲੈ ਕੇ ਗਏ ਤੇ ਕੋਈ ਡਾਕਟਰਾਂ ਨੇ ਮਾਲੀ ਮਦਦ ਨਹੀਂ ਦਿੱਤੀ ਉਹਨੂੰ ਜੀ, ਤੇ ਕਹਿਣ ਜੀ ਹੱਡੀਆਂ ਉਹ 'ਚ ਲੈ ਜਾਓ, ਤੇ ਕੋਈ ਕੁਛ ਕਹਿ ਦਿਆ ਕਰੇ ਇੱਧਰ ਲੈ ਜਾਓ, ਤੇ ਉੱਥੇ ਘੰਟਾ ਦੋ ਘੰਟੇ ਬਰਬਾਦ ਕੀਤੇ ਜੀ। ਨਹੀਂ, ਜਾਨ ਬੱਚਿਆਂ ਦੀ ਬੱਚੇ, ਬਿਲਕੁਲ ਜੀ ਬਿਲਕੁਲ। ਪਟਿਆਲਾ ਜ਼ਿਲ੍ਹਾ ਦੇ ਨਾਭਾ ਰੋਡ ਸਥਿਤ ਪਿੰਡ ਬਰਸੜ ਵਿਖੇ ਬੀਤੀ ਕੱਲ੍ਹ ਇੱਕ ਵੱਡੀ ਘਟਨਾ ਵਾਪਰੀ ਹੈ, ਜਿੱਥੇ ਕਿ 11 ਸਾਲਾਂ ਦੇ ਮਾਸੂਮ ਬੱਚੇ ਨੂੰ ਕੁੱਤਿਆਂ ਨੇ ਨੋਚ ਨੋਚ ਖਾ ਲਿਆ, ਜੋ ਕਿ 5ਵੀਂ ਜਮਾਤ ਵਿੱਚ ਪੜ੍ਹਦਾ ਸੀ, ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਤਰਨਵੀਰ ਸਿੰਘ, ਜੋ ਕਿ 3 ਭੈਣਾਂ ਦਾ ਇਕਲੌਤਾ ਭਰਾ ਸੀ, ਤੇ ਖੇਤਾਂ ਦੇ ਵਿੱਚ ਪਤੰਗ ਲੁੱਟਣ ਦੇ ਲਈ ਗਿਆ ਸੀ, ਜਿੱਥੇ 20 ਤੋਂ 25 ਅਵਾਰਾ ਕੁੱਤੇ ਉਸ ਉੱਪਰ ਹਮਲਾ ਕਰਦੇ ਹਨ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦੇ ਨੇ। ਜਦੋਂ ਤਰਨਵੀਰ ਦੇ ਨਾਲ ਖੇਡ ਰਹੇ ਬੱਚਿਆਂ ਨੇ ਲੋਕਾਂ ਦੱਸਿਆ ਤਾਂ ਲੋਕ ਖੇਤ ਦੇ ਵਿੱਚ ਪਹੁੰਚਦੇ ਨੇ ਤੇ ਉਹ ਕੁੱਤਿਆਂ ਤੋਂ ਤਰਨਵੀਰ ਨੂੰ ਬਚਾਉਂਦੇ ਹਨ ਤੇ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪੀਟਲ ਲੈ ਕੇ ਗਏ, ਜਿੱਥੇ ਕਿ ਤਰਨਵੀਰ ਦੀ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ। ਉੱਥੇ ਤਰਨਵੀਰ ਸਿੰਘ, ਜੋ ਕਿ 5ਵੀਂ ਕਲਾਸ ਵਿੱਚ ਪੜ੍ਹਦਾ ਸੀ, 3 ਭੈਣਾਂ ਦਾ ਇਕਲੌਤਾ ਭਰਾ ਸੀ ਤਰਨਵੀਰ ਸਿੰਘ। ਉੱਥੇ ਮ੍ਰਿਤਕ ਤਰਨਵੀਰ ਦੀ ਦੇਹ ਦੇ ਮੂਹਰੇ ਬੈਠ ਕੇ ਰੋ ਰਹੀਆਂ ਨੇ ਮਾਂ ਤੇ ਭੈਣਾਂ, ਜੋ ਕਿ ਦੇਖੀਆਂ ਨਹੀਂ ਜਾਂਦੀਆਂ। ਇਹ ਪਿੰਡ 'ਚ ਕਾਫੀ ਅਵਾਰਾ ਕੁੱਤੇ ਨੇ ਜੀ, ਤੇ ਬੇਟਾ ਸੀਗਾ ਜੀ, ਇਹ 3 ਭੈਣਾਂ ਦਾ ਇਕਲੌਤਾ ਭਰਾ ਸੀਗਾ ਜੀ, ਤੇ ਪਤੰਗ ਉੱਡਦੇ ਸੀਗੇ ਜੀ, ਇਹਨਾਂ ਨੂੰ ਇਕੱਠਾ ਕਰਦੇ ਸੀਗੇ ਖੇਤਾਂ 'ਚ ਆਪਣੇ ਨਜ਼ਦੀਕ, ਤੇ ਜੀ ਇਹਨਾਂ ਨੂੰ ਕੁੱਤੇ ਨੇ ਹਮਲਾ ਕਰਤਾ ਪਿੰਡ 'ਚ 12 ਕੁੱਤਿਆਂ ਨੇ ਜੀ, ਤੇ ਜਦੋਂ ਪਿੰਡ ਵਾਸੀ ਇਕੱਠੇ ਹੋਏ ਤੇ ਉਦੋਂ ਵਿਚਾਰੇ ਨੂੰ ਨੋਚ ਨੋਚ ਕੇ ਖਾ ਗਏ ਸੀਗੇ। ਸਰ ਤੁਸੀਂ ਪਤਾ ਕੀਤਾ ਵੀ ਕਹਿੰਦੇ ਇਲਾਜ ਵੀ ਨਹੀਂ ਹੋਇਆ ਬੱਚੇ ਦਾ ਤੇ ਪਰਿਵਾਰ ਗਰੀਬ ਹੈ, ਕੋਈ ਮਦਦ ਦੀ ਅਪੀਲ ਕਰੋਗੇ ਸਰਕਾਰ ਨੂੰ? ਨਹੀਂ, ਸਰਕਾਰ ਨੂੰ ਬਿਲਕੁਲ ਕਰਾਂਗੇ ਜੀ, ਤੇ ਜਦੋਂ ਰਜਿੰਦਰਾ ਹਸਪੀਟਲ ਲੈ ਕੇ ਗਏ ਤੇ ਕੋਈ ਡਾਕਟਰਾਂ ਨੇ ਮਾਲੀ ਮਦਦ ਨਹੀਂ ਦਿੱਤੀ ਉਹਨੂੰ ਜੀ, ਤੇ ਕਹਿਣ ਜੀ ਹੱਡੀਆਂ ਉਹ 'ਚ ਲੈ ਜਾਓ, ਤੇ ਕੋਈ ਕੁਛ ਕਹਿ ਦਿਆ ਕਰੇ ਇੱਧਰ ਲੈ ਜਾਓ, ਤੇ ਉੱਥੇ ਘੰਟਾ ਦੋ ਘੰਟੇ ਬਰਬਾਦ ਕੀਤੇ ਜੀ। ਨਹੀਂ, ਜਾਨ ਬੱਚਿਆਂ ਦੀ ਬੱਚੇ, ਬਿਲਕੁਲ ਜੀ ਬਿਲਕੁਲ।